ਕੋਵਿਸ਼ੀਲਡ ਵੈਕਸੀਨ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ। ਇਸ ਖਬਰ ਨੂੰ ਵੇਖਣ ਤੋਂ ਬਾਅਦ ਹਰ ਉਸ ਵਿਅਕਤੀ ਦੀ ਚਿੰਤਾ ਵੱਧ ਸਕਦੀ ਹੈ ਜਿਸਨੇ ਇਹ ਵੈਕਸੀਨ ਲਗਵਾਈ ਹੋਵੇ। ਜੀ ਹਾਂ, ਕੰਪਨੀ ਐਸਟ੍ਰਾਜੈਨਿਕ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸਨੇ ਕੋਵਿਸ਼ੀਲਡ ਵੈਕਸੀਨ ਨੂੰ ਬਣਾਇਆ ਸੀ। ਹੁਣ ਯੂਕੇ ਹਾਈ ਕੋਰਟ ਦੇ ਵਿੱਚ ਕੰਪਨੀ ਨੇ ਦਿਲ ਦਹਿਲਾਉਣ ਵਾਲਾ ਸੱਚ ਕਬੂਲਿਆ ਤੇ ਕਿਹਾ ਕਿ ਸਾਡੀ ਵੈਕਸੀਨ ਦੇ ਨਾਲ TTS ਬਿਮਾਰੀ ਹੋ ਸਕਦੀ ਹੈ। ਹੁਣ TTS ਬਿਮਾਰੀ ਕੀ ਹੈ ਇਹ ਵੀ ਦੱਸਦੇ ਹਾਂ। TTS ਬਿਮਾਰੀ ਹਾਰਟ ਅਤੇ ਦਿਮਾਗ ਨਾਲ ਸੰਬੰਧਿਤ ਹੈ ਜਿਸ ਨਾਲ ਹਾਰਟ ਅਟੈਕ ਅਤੇ ਦਿਮਾਗ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਸਰੀਰ ਦੇ ਵਿੱਚ ਕਈ ਬਦਲਾਅ ਆ ਸਕਦੇ ਨੇ, ਸਰੀਰ ਦੇ ਵਿੱਚ ਖੂਨ ਦੇ ਤੱਥੇ ਬਣ ਸਕਦੇ ਨੇ ਤੇ ਹੁਣ ਕੰਪਨੀ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਜਿਸ ਨਾਲ ਲੋਕਾਂ ਦੀ ਚਿੰਤਾ ਵੱਧ ਗਈ ਹੈ। ਦੱਸਣਾ ਪੈਂਦਾ ਹੈ ਕਿ ਭਾਰਤ ਦੇ ਵਿੱਚ ਕੋਵਿਸ਼ੀਲਡ ਵੈਕਸੀਨ ਨੂੰ ਐਸਟ੍ਰਾਜੈਨਿਕਾ ਕੰਪਨੀ ਨੇ ਬਣਾਇਆ ਸੀ। ਇੱਕ ਰਿਪੋਰਟ ਦੇ ਮੁਤਾਬਿਕ ਐਸਟ੍ਰਾਜੈਨਿਕਾ ਤੇ ਇਲਜ਼ਾਮ ਹੈ ਕਿ ਉਹਨਾਂ ਦੇ ਟੀਕੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ, ਕਈਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਬਿਮਾਰੀ ਦੇ ਨਾਲ ਸਰੀਰ ਦੇ ਵਿੱਚ ਖੂਨ ਦੇ ਥੱਕੇ ਬਣ ਜਾਂਦੇ ਨੇ ਤੇ ਪਲੇਟਲੈਟਸ ਦੀ ਗਿਣਤੀ ਵੀ ਘੱਟ ਜਾਂਦੀ ਹੈ। ਇਸ ਕਾਰਨ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਵੀ ਰਹਿੰਦਾ ਹੈ। ਕੰਪਨੀ ਖਿਲਾਫ ਹਾਈ ਕੋਰਟ ਦੇ ਵਿੱਚ 51 ਕੇਸ ਪੈਂਡਿੰਗ ਨੇ। ਪੀੜਤਾ ਨੇ ਐਸਟ੍ਰਾਜੈਨਿਕਾ ਤੋਂ ਕਰੀਬ 1,000 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਦਰਅਸਲ ਅਪ੍ਰੈਲ 2021 ਦੇ ਵਿੱਚ ਜੈਮੀ ਸਟ੍ਰੋਕ ਨਾਮ ਦੇ ਇੱਕ ਵਿਅਕਤੀ ਨੂੰ ਇਹ ਟੀਕਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਤੇ ਸਰੀਰ ਦੇ ਵਿੱਚ ਖੂਨ ਦੇ ਤੱਖੇ ਬਣਨ ਦਾ ਸਿੱਧਾ ਅਸਰ ਉਸਦੇ ਦਿਮਾਗ ਤੇ ਪਿਆ। ਰਿਪੋਰਟਸ ਦੇ ਮੁਤਾਬਿਕ ਡਾਕਟਰਾਂ ਨੇ ਉਸਦੀ ਪਤਨੀ ਨੂੰ ਕਿਹਾ ਸੀ ਕਿ ਉਹ ਸਟ੍ਰੋਕ ਨੂੰ ਨਹੀਂ ਬਚਾ ਸਕਣਗੇ। ਸਟ੍ਰੋਕ ਨੇ ਪਿਛਲੇ ਸਾਲ ਐਸਟ੍ਰਾਜੈਨਿਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਕੰਪਨੀ ਨੇ ਇਹ ਦਾਅਵਾ ਕੀਤਾ ਕਿ ਅਪ੍ਰੈਲ 2021 ਦੇ ਵਿੱਚ ਹੀ ਉਹਨਾਂ ਦੇ ਉਤਪਾਦ ਦੀ ਜਾਣਕਾਰੀ ਦੇ ਵਿੱਚ ਕੁਝ ਮਾਮਲਿਆਂ ਦੇ ਵਿੱਚ TTS ਦੇ ਜੋਖਮ ਨੂੰ ਸ਼ਾਮਿਲ ਕੀਤਾ ਗਿਆ ਸੀ। ਕਈ ਅਧਿਐਨਾਂ ਦੇ ਵਿੱਚ ਇਹ ਵੀ ਸਾਬਤ ਹੋਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਐਸਟ੍ਰਾਜੈਨਿਕਾ ਵੈਕਸੀਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੇ ਸਾਲ ਦੇ ਵਿੱਚ ਇਸਨੇ ਲਗਭਗ 60 ਲੱਖ ਲੋਕਾਂ ਦੀ ਜਾਨ ਬਚਾਈ ਹੈ। WHO ਨੇ ਵੀ ਇਹ ਕਿਹਾ ਸੀ ਕਿ ਇਹ ਟੀਕਾ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਹੈ ਤੇ ਪ੍ਰਭਾਵਸ਼ਾਲੀ ਵੀ ਹੈ। ਪਰ ਖਾਸ ਗੱਲ ਇਹ ਰਹੀ ਕਿ ਬ੍ਰਿਟੇਨ ਦੇ ਵਿੱਚ ਇਸ ਟੀਕੇ ਦੀ ਵਰਤੋਂ ਨਹੀਂ ਕੀਤੀ ਗਈ। ਇੱਕ ਰਿਪੋਰਟ ਦੇ ਮੁਤਾਬਿਕ ਵਿਗਿਆਨੀਆਂ ਨੂੰ ਇਸ ਟੀਕੇ ਦੇ ਬਾਜ਼ਾਰ 'ਚ ਲਾਂਚ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਇਸ ਦੇ ਖਤਰੇ ਦਾ ਅਹਿਸਾਸ ਹੋ ਗਿਆ ਸੀ। ਇਸ ਤੋਂ ਬਾਅਦ ਇਹ ਸੁਝਾਅ ਦਿੱਤਾ ਗਿਆ ਕਿ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਦਿੱਤੀ ਜਾਵੇ। ਅਜਿਹਾ ਇਸ ਲਈ ਕਿਉਂਕਿ ਐਸਟ੍ਰਾਜੈਨਿਕਾ ਵੈਕਸੀਨ ਨਾਲ ਹੋਣ ਵਾਲਾ ਨੁਕਸਾਨ ਕੋਰੋਨਾ ਦੇ ਖਤਰੇ ਤੋਂ ਵੀ ਜ਼ਿਆਦਾ ਸੀ। MHRA ਦੇ ਮੁਤਾਬਿਕ ਬ੍ਰਿਟੇਨ ਦੇ ਵਿੱਚ 81 ਮਾਮਲੇ ਅਜਿਹੇ ਸਨ ਜਿਸ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਵੈਕਸੀਨ ਦੀ ਵਜ੍ਹਾ ਦੇ ਨਾਲ ਖੂਨ ਦੇ ਤੱਖੇ ਜੰਮਣ ਦੇ ਨਾਲ ਲੋਕਾਂ ਦੀ ਮੌਤ ਹੋਈ ਹੈ। MHRA ਦੇ ਮੁਤਾਬਿਕ ਸਾਈਡ ਇਫੈਕਟ ਦੇ ਨਾਲ ਪੀੜਤ ਹਰ 5 ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋਈ ਹੈ। ਅੰਕੜਿਆਂ ਦੇ ਮੁਤਾਬਿਕ ਬ੍ਰਿਟੇਨ 'ਚ ਫਰਵਰੀ 'ਚ 163 ਲੋਕਾਂ ਨੂੰ ਸਰਕਾਰ ਨੇ ਮੁਆਵਜ਼ਾ ਵੀ ਦਿੱਤਾ ਸੀ। ਇਸ ਦੇ ਵਿੱਚ 158 ਲੋਕ ਅਜਿਹੇ ਸਨ ਜਿਨ੍ਹਾਂ ਨੂੰ ਐਸਟ੍ਰਾਜੈਨਿਕਾ ਦੀ ਵੈਕਸੀਨ ਲਗਾਈ ਗਈ ਸੀ। ਪਰ ਹੁਣ ਕੰਪਨੀ ਨੇ ਸਾਫ਼ ਕਬੂਲ ਲਿਆ ਕਿ ਉਹਨਾਂ ਦੀ ਵੈਕਸੀਨ ਠੀਕ ਨਹੀਂ ਹੈ। ਇਸ ਦੇ ਨਾਲ TTS ਬਿਮਾਰੀ ਹੋ ਸਕਦੀ ਹੈ ਜਿਸਦਾ ਸਿੱਧਾ ਅਸਰ ਹਾਰਟ ਅਤੇ ਦਿਮਾਗ 'ਤੇ ਪਵੇਗਾ। ਯੂਕੇ ਹਾਈ ਕੋਰਟ ਦੇ ਵਿੱਚ ਇਸ ਕੰਪਨੀ ਨੇ ਦਿਲ ਦਹਿਲਾਉਣ ਵਾਲਾ ਸੱਚ ਕਬੂਲਿਆ।